ਮੇਰੇ ਨਾਲ ਇੱਕ ਇਹੋ ਜਿਹੇ ਪੰਜਾਬੀ ਸਿੰਗਰ ਤੇ ਐਕਟਰ ਖੜੇ ਨੇ ਜਿਨ੍ਹਾਂ ਨੇ ਆਪਣਾ ਨਾਂ ਤਾਂ ਰੋਸ਼ਨ ਕੀਤਾ ਪਰ ਉਹਨਾਂ ਨੇ ਆਪਣੀ ਮਿਹਨਤ ਨਾਲ ਇੱਕ ਇਹੋ ਜਿਹਾ ਮੁਕਾਮ ਹਾਸਲ ਕੀਤਾ ਜੋ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ। ਮੈਂ ਗੱਲ ਕਰ ਰਿਹਾ ਰੋਸ਼ਨ ਪ੍ਰਿੰਸ ਦੀ। ਭਾਜੀ, ਵੈਲਕਮ ਟੂ ਡੇ ਐਂਡ ਨਾਈਟ ਨਿਊਜ਼। ਬਹੁਤ ਬਹੁਤ ਮਿਹਰਬਾਨੀ ਜੀ, ਔਰ ਡੇ ਐਂਡ ਨਾਈਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਭਾਜੀ, ਜੇ ਤੁਸੀਂ ਦਿੱਲੀ ਯੂਨੀਵਰਸਿਟੀ 'ਚ ਪੜ੍ਹਦੇ ਸੀ, MA ਵੋਕਲਸ ਮਿਊਜ਼ਿਕ 'ਚ ਤੁਸੀਂ ਕਰ ਰਹੇ ਸੀਗੇ, ਅਤੇ ਤੁਸੀਂ ਸੋਚਿਆ ਸੀ ਕਿ ਤੁਸੀਂ ਇੱਕ ਦਿਨ ਇਸ ਮੁਕਾਮ 'ਤੇ ਪਹੁੰਚੋਗੇ ਜਿੱਥੇ ਤੁਸੀਂ ਅੱਜ ਹੈਗੇ ਹੋ? ਨਹੀਂ, ਜਦੋਂ ਦਿੱਲੀ ਮੈਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਆਪਣੀ ਮਿਊਜ਼ਿਕ ਵੋਕਲ ਦੇ ਵਿੱਚ, ਉਦੋਂ ਤਾਂ ਇਹੀ ਸੋਚਿਆ ਸੀ ਕਿ ਇੱਕ ਦਿਨ ਜਿਵੇਂ ਮੇਰੇ ਪੇਰੈਂਟਸ ਸਾਡੇ ਜੋ ਪਰਿਵਾਰ ਦੇ ਵਿੱਚ ਸਾਰੇ ਟੀਚਰ ਨੇ ਕਿ ਇੱਕ ਦਿਨ ਕਿਸੇ ਕਾਲਜ ਜਾਂ ਸਕੂਲ ਦੇ ਵਿੱਚ ਮੈਂ ਮਿਊਜ਼ਿਕ ਪੜ੍ਹਾਊਂਗਾ। ਬਟ ਮਤਲਬ ਕਿਸਮਤ ਇੱਧਰ ਲਿਆਈ, ਇੱਕ ਰਿਐਲਿਟੀ ਸ਼ੋਅ ਸੀ ਜਿਹਦੇ ਜ਼ਰੀਏ ਫਿਰ ਮੈਂ ਪ੍ਰੋਫੈਸ਼ਨਲ ਸਿੰਗਿੰਗ ਦੇ ਵਿੱਚ ਆ ਗਿਆ ਅਤੇ ਹੌਲੀ ਹੌਲੀ ਫਿਰ ਫਿਲਮਾਂ ਵੱਲ ਵੀ ਆ ਗਿਆ ਜੀ। ਅੱਛਾ, ਤੁਸੀਂ ਜਦ ਕਾਲਜ 'ਚ ਸੀ ਉਦੋਂ ਹੀ ਤੁਸੀਂ ਬੜੇ ਸ਼ੌਕੀਨ ਸੀਗੇ, ਚੀਜ਼ਾਂ 'ਚ ਪਾਰਟੀਸਪੇਟ ਕਰਦੇ ਸੀ, ਤੁਹਾਨੂੰ ਸੀ ਕਿ ਤੁਸੀਂ ਇੰਨੀ ਅੱਗੇ ਵਧਣਾ ਕਿਸੇ ਨਾ ਕਿਸੇ ਤਰ੍ਹਾਂ? ਹਾਂ, ਮਿਊਜ਼ਿਕ ਦਾ ਜਿਹੜਾ ਸ਼ੌਕ ਹੈ ਉਹ ਤਾਂ ਬੇਸਿਕਲੀ ਬਚਪਨ ਤੋਂ ਸੀਗਾ ਹੀ, ਔਰ ਮਿਊਜ਼ਿਕ ਸਾਡੇ ਵੈਸੇ ਵੀ ਪਰਿਵਾਰ ਦੇ ਵਿੱਚ ਸਾਡੇ ਮੇਰੇ ਬਾਬਾ ਜੀ ਮੇਰੇ ਦਾਦਾ ਜੀ ਸਾਰੇ ਇਸ ਲਾਈਨ ਦੇ ਨਾਲ ਸੰਬੰਧਿਤ ਰਹੇ ਆ, ਔਰ ਆਪਣੇ ਟਾਈਮ ਦੇ ਵਿੱਚ ਉਹਨਾਂ ਦਾ ਬੜਾ ਅੱਛਾ ਨਾਮ ਹੁੰਦਾ ਸੀ, ਪੰਡਿਤ ਰੋਸ਼ਨ ਲਾਲ ਜੀ, ਜਿਹਨਾਂ ਦਾ ਨਾਮ ਮੈਂ ਰੋਸ਼ਨ, ਮੇਰਾ ਬੇਸਿਕਲੀ ਨਾਮ ਜਿਹੜਾ ਪ੍ਰਿੰਸ ਆ, ਰੋਸ਼ਨ ਮੇਰੇ ਬਾਬਾ ਜੀ ਦਾ ਨਾਂ ਹੈ, ਅਤੇ ਉਹਨਾਂ ਦੀ ਸੰਗੀਤ ਨੂੰ ਉਹਨਾਂ ਦੀ ਗਾਇਕੀ ਦੀ ਸ਼ੈਲੀ ਨੂੰ ਅੱਗੇ ਲਿਜਾਣ ਦੀ ਜਿਹੜੀ ਕੋਸ਼ਿਸ਼, ਰੋਸ਼ਨ ਪ੍ਰਿੰਸ ਨਾਮ ਰੱਖ ਕੇ ਮੈਂ ਸ਼ੁਰੂ ਕੀਤੀ, ਕੋਸ਼ਿਸ਼ ਕੀਤੀ ਜੀ। ਅੱਛਾ, ਜਿਹੜੀ ਤੁਹਾਡੀ ਪਹਿਲੀ ਫਿਲਮ ਲੱਗਦਾ ਇਸ਼ਕ ਹੋ ਗਿਆ, ਸੁਖਵਿੰਦਰ ਧੰਜਲ ਜੀ ਨਾਲ ਪਹਿਲੀ ਤੁਹਾਡੀ ਫਿਲਮ ਸੀ, ਅਤੇ ਤੁਸੀਂ ਪਹਿਲਾਂ 'ਚ ਹੀ ਸੋਚਦੇ ਸੀ ਕਿ ਤੁਹਾਨੂੰ ਫਿਲਮਾਂ 'ਚ ਆਉਣਾ ਹੈ, ਅਤੇ ਫਿਲਮਾਂ 'ਚ ਆਉਣ ਤੋਂ ਬਾਅਦ ਤੁਸੀਂ ਆਪਣੀ ਪਰਸਨੈਲਿਟੀ 'ਚ ਹੋਰ ਕੀ ਜੋੜਿਆ? ਬੇਸਿਕਲੀ ਫਿਲਮਾਂ ਦੇ ਵਿੱਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਸੀਗਾ, ਇਹ ਧੰਜਲ ਸਾਹਿਬ ਦੀ ਮਿਹਰਬਾਨੀ ਹੈ, ਉਹਨਾਂ ਨੇ ਜਦੋਂ ਉਹ ਫਿਲਮ ਉਹਨਾਂ ਨੇ ਸੋਚਿਆ ਕਿ ਲੱਗਦਾ ਇਸ਼ਕ ਹੋ ਗਿਆ ਬਣਾਉਣੀ ਹੈ, ਉਸ ਵੇਲੇ ਉਹਨਾਂ ਨੇ ਮੈਨੂੰ ਕਾਲ ਕੀਤੀ ਸੀ ਕਿ ਅਸੀਂ ਇੱਕ ਫਿਲਮ ਬਣਾ ਰਹੇ ਹਾਂ, ਉਹਦਾ ਜਿਹੜਾ ਸੈਂਟਰਲ ਕਰੈਕਟਰ ਤੇਰੇ ਨਾਲ ਬਹੁਤ ਮੈਚ ਕਰਦਾ, ਅਤੇ ਮੈਂ ਉਹਨਾਂ ਨੂੰ ਕਿਹਾ ਭਾਅ ਜੀ ਮੈਨੂੰ ਨਹੀਂ ਪਤਾ ਵੀ ਐਕਟਿੰਗ ਕਿਵੇਂ ਕੀਤੀ ਜਾਂਦੀ ਹੈ, ਸਾਰਾ ਕੁਛ ਮੈਂ ਇਹਦੇ ਬਾਰੇ ਮੈਨੂੰ ਵਾਕਫ ਨਹੀਂ ਹਾਂ ਮੈਂ। ਉਹ ਕਹਿੰਦੇ ਜੇ ਤੇਰੇ 'ਚ ਕੌਨਫੀਡੈਂਸ ਹੈਗਾ ਤਾਂ ਤੂੰ ਦੱਸ ਦੇ, ਅਸੀਂ ਕਰਵਾ ਆਪ ਹੀ ਲਾਂਗੇ। ਅਤੇ ਚਲੋ, ਸਾਰਿਆਂ ਨੂੰ ਸ਼ੌਕ ਹੁੰਦਾ, ਹੀਰੋ ਤਾਂ ਆਪਣੇ ਆਪ ਨੂੰ ਹਰ ਬੰਦਾ ਦੇਖਦਾ ਹੀ ਹੈ, ਅਤੇ ਮੈਂ ਵੀ ਚਲੋ ਕਿਹਾ, ਮੈਂ ਕਿਹਾ ਚਲੋ ਤੁਸੀਂ, ਫਿਰ ਮੈਂ ਬੰਬੇ ਰਿਹਾ ਉਹਨਾਂ ਦੇ ਕੋਲ ਕਾਫੀ ਦੇਰ, ਔਰ ਮੈਂ ਸਿੱਖਿਆ ਬਕਾਇਦਾ ਕਿ ਫਿਲਮ ਕਿਹਨਾਂ ਕਿਹਨਾਂ ਚੀਜ਼ਾਂ ਨੂੰ ਜੋੜ ਕੇ ਬਣਦੀ ਹੈ, ਕੀ ਆਸਪੈਕਟਸ ਹੁੰਦੇ ਨੇ, ਸਾਰਾ ਕੁਛ। ਉਸ ਤੋਂ ਬਾਅਦ ਫਿਰ ਫਿਲਮ ਸ਼ੁਰੂ ਹੋਈ, ਲੱਗਦਾ ਇਸ਼ਕ ਹੋ ਗਿਆ, ਅਤੇ ਫਿਰ ਫਿਲਮਾਂ ਦਾ ਸਫ਼ਰ ਸ਼ੁਰੂ ਹੋ ਗਿਆ। ਅੱਛਾ, ਆਪਾਂ ਲੱਗਦਾ ਇਸ਼ਕ ਹੋ ਗਿਆ ਦੀ ਗੱਲ ਕਰ ਰਹੇ ਹਾਂ, ਅਤੇ ਕਦੇ ਅਲੜੇ ਉਮਰੇ ਕਾਲਜ 'ਚ ਜਾਂ ਤੁਹਾਨੂੰ ਕਦੇ ਸੱਚਿਓ ਇਸ਼ਕ ਹੋਇਆ, ਕਿਸੇ ਨਾਲ ਕੁਝ ਸ਼ੇਅਰ ਕਰਨਾ ਚਾਹੋਗੇ? ਨਹੀਂ, ਇਸ਼ਕ ਤਾਂ ਜਿਹੜਾ ਆਪਣੇ ਸੰਗੀਤ ਦੇ ਨਾਲ ਹੀ ਹੋਇਆ, ਪਹਿਲਾਂ ਇਸ਼ਕ ਆਪਣੇ ਮਿਊਜ਼ਿਕ ਨਾਲ ਹੋਇਆ, ਗੀਤਾਂ ਨਾਲ ਹੋਇਆ, ਉਸ ਤੋਂ ਬਾਅਦ ਇਹ ਜਿਹੜੀ ਹੁਣ ਮੈਂ ਲਾਈਨ ਐਕਟਿੰਗ ਦੀ ਚੱਲ ਰਹੀ ਹੈ ਇਹਦੇ ਨਾਲ ਇਸ਼ਕ ਹੀ ਇਸ਼ਕ ਹੈ। ਅੱਛਾ, ਆਪਾਂ ਫਿਲਮਾਂ ਦੀ ਗੱਲ ਕਰੀਏ, ਫਿਲਮਾਂ 'ਚ ਕਿਹੜੇ ਕਿਹੜੇ ਪ੍ਰੋਜੈਕਟਸ ਚੱਲ ਰਹੇ ਆ? ਫਿਲਮਸ ਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਲੱਗਦਾ ਇਸ਼ਕ ਹੋ ਗਿਆ ਆਈ ਸੀ, ਦੈਨ ਉਸ ਤੋਂ ਬਾਅਦ ਸਿਰਫਿਰੇ ਥੋੜ੍ਹੀ ਦੇਰ ਪਹਿਲਾਂ ਰਿਲੀਜ਼ ਹੋਈ ਹੈ, ਔਰ ਰੀਸੈਂਟਲੀ ਸਾਡਾ ਅਸੀਂ ਪ੍ਰੋਜੈਕਟ ਕੰਪਲੀਟ ਕਰਕੇ ਹਟੇ ਹਾਂ, ਫਿਰ ਮਾਮਲਾ ਗੜਬੜ ਗੜਬੜ, ਰਿੰਪੀ ਪ੍ਰਿੰਸ ਜੀ ਉਹਨਾਂ ਦੀ ਇਹ ਡਾਇਰੈਕਸ਼ਨ ਦੇ ਵਿੱਚ ਫਿਲਮ ਹੈ, ਅਤੇ ਅਗਲੀ ਫਿਲਮ ਨੋਟੀ ਜੱਟਸ ਜਿਹੜੀ ਹੈ ਹੁਣ ਉਹ ਔਨ ਫਲੋਰ ਹੈ, ਉਹ ਤੁਸੀਂ ਦੇਖ ਰਹੇ ਹੋ ਪਿੱਛੇ ਸਾਰਾ ਦਾਮ ਦਾਮ ਜੀ। ਅੱਛਾ, ਆਪਾਂ ਮਿਊਜ਼ਿਕ ਦੀ ਗੱਲ ਕਰੀਏ, ਐਲਬਮਸ ਦੀ ਗੱਲ ਕਰੀਏ, ਅਤੇ ਅੱਜ ਕੱਲ੍ਹ ਆਪਾਂ ਦੇਖੀਏ ਜੇ ਸਿੰਗਰਸ ਮਤਲਬ ਕਿ ਪਿੱਛੇ ਹਟੇ ਨੇ, ਐਲਬਮਸ ਨਹੀਂ ਆ ਰਹੇ, ਅਤੇ ਤੁਹਾਨੂੰ ਕੀ ਲੱਗਦਾ ਪਾਇਰੇਸੀ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕਾਰਨ ਨੇ ਵੀ ਅੱਜ ਕੱਲ੍ਹ ਨਹੀਂ ਐਲਬਮਸ ਮਾਰਕੀਟ 'ਚ ਨਹੀਂ ਆ ਰਹੀਆਂ? ਨਹੀਂ, ਐਲਬਮਸ ਮਾਰਕੀਟ ਦੇ ਵਿੱਚ ਆ ਰਹੀਆਂ ਨੇ, ਪਰ ਹੁਣ ਇੱਕ ਦੌਰ ਫਿਲਮਾਂ ਦਾ ਸ਼ੁਰੂ ਹੋ ਗਿਆ, ਬੜਾ ਗੋਲਡਨ ਪੀਰੀਅਡ ਇਹ ਫਿਲਮਾਂ ਦਾ ਹੈਗਾ, ਕਿਉਂਕਿ ਜਿਹੜਾ ਇੱਕ ਸਿੰਗਰ ਹੈ, ਕਿਉਂਕਿ ਓਬਵੀਅਸਲੀ ਉਹਨੇ ਜਦੋਂ ਵੀਡੀਓਜ਼ ਕਰਨੇ, ਐਕਸਪੀਰੀਅੰਸ ਇੰਨਾ ਹੋ ਜਾਂਦਾ, ਕੈਮਰਾ ਫੇਸ ਕਰਦਾ ਹਰ ਬੰਦਾ, ਅਤੇ ਸਭ ਹਰ ਬੰਦਾ ਟਰਾਈ ਕਰਦਾ ਕਿ ਮਤਲਬ ਐਜ਼ ਹੀਰੋ ਆਪਣੇ ਆਪ ਨੂੰ ਅਸਟੈਬਲਿਸ਼ ਕੀਤਾ ਜਾਵੇ, ਇਹਦੇ ਨਾਲ ਇੱਕ ਤਾਂ ਗ੍ਰਾਫ ਵੱਡਾ ਹੁੰਦਾ ਇੱਕ ਆਰਟਿਸਟ ਦਾ, ਔਰ ਐਲਬਮਸ ਦੇ ਵਿੱਚ ਪਾਇਰੇਸੀ ਦੀ ਨੋ ਡਾਊਟ ਇੱਕ ਢਾਤਾ ਹੈ ਮਿਊਜ਼ਿਕ ਨੂੰ, ਔਰ ਜਦੋਂ ਤੱਕ ਇਹ ਜੇ ਇੱਦਾਂ ਹੀ ਕੰਟੀਨਿਊ ਰਹੀ, ਇੱਕ ਦਿਨ ਮਿਊਜ਼ਿਕ ਇੰਡਸਟਰੀ ਤਾਂ ਖਤਮ ਹੋਣੀ ਹੋਣੀ ਹੈ, ਅਤੇ ਇਹ ਸਾਡੇ ਵਿਊਅਰਸ ਨੂੰ ਵੀ ਚਾਹੀਦਾ, ਆਡੀਅੰਸ ਨੂੰ ਚਾਹੀਦਾ ਕਿ ਤੁਸੀਂ ਓਰੀਜਨਲ ਸੀਡੀਜ਼ ਲਿਆ ਕਰੋ ਆਲਵੇਜ਼, ਕਿਉਂਕਿ ਤੁਸੀਂ ਸੰਗੀਤ ਨੂੰ ਆਰਟਿਸਟਾਂ ਨੂੰ ਇਸ ਤਰੀਕੇ ਨਾਲ ਸਪੋਰਟ ਕਰੋਗੇ ਤਾਂ ਹੀ ਜਿਹੜਾ ਮਿਊਜ਼ਿਕ ਲਾਈਵ ਰਹਿ ਸਕਦਾ ਜੀ। ਅੱਛਾ, ਆਪ ਪੰਜਾਬੀ ਫਿਲਮ ਦੀ ਤੁਸੀਂ ਗੱਲ ਕੀਤੀ, ਤੁਸੀਂ ਕਿਹੜੀ ਕਿਹੜੀ ਫਿਲਮਾਂ ਦੇਖਦੇ ਹੋ, ਕਿਹੜੇ ਤੁਹਾਨੂੰ ਐਕਟਰ ਪੰਜਾਬੀ ਇੰਡਸਟਰੀ 'ਚ ਪਸੰਦ ਹੈ, ਅਤੇ ਕਿਹਨਾਂ ਨਾਲ ਹੋਰ ਇਹੋ ਜਿਹੇ ਕੋਈ ਐਕਟਰ ਜਿਹਨਾਂ ਨਾਲ ਤੁਸੀਂ ਜਾਂ ਡਾਇਰੈਕਟਰ ਕੰਮ ਕਰਨਾ ਚਾਹੋਗੇ? ਦੇਖੋ, ਸਾਰੇ ਹੀ ਅੱਛਾ ਕੰਮ ਕਰ ਰਹੇ ਹੈ, ਮਤਲਬ ਬਹੁਤ ਅੱਛੀਆਂ ਅੱਛੀਆਂ ਫਿਲਮਾਂ ਬਣ ਰਹੀਆਂ ਨੇ, ਹੁਣ ਮੈਨੂੰ ਸਾਰੇ ਪਸੰਦ ਆ, ਮੈਂ ਜਿਮੀ ਭਾਅ ਜੀ ਦਾ ਮੈਂ ਬਹੁਤ ਵੱਡਾ ਫੈਨ ਹਾਂ, ਔਰ ਗਿੱਪੀ ਭਾਅ ਜੀ ਬਹੁਤ ਅੱਛਾ ਕੰਮ ਕਰ ਰਿਹਾ, ਦਿਲਜੀਤ ਦੇ ਵਰਗਾ ਕੋਈ ਐਕਟਰ ਨਹੀਂ ਹੈ, ਮੈਂ ਸਾਰਿਆਂ ਨੂੰ ਬਹੁਤ ਪਸੰਦ ਕਰਦਾ, ਮੈਂ ਵੀ ਕੋਸ਼ਿਸ਼ ਕਰਦਾ ਕਿ ਉਸ ਤਰੀਕੇ ਦਾ ਮੈਂ ਕੰਮ ਕਰ ਸਕਾਂ। ਅੱਗੇ ਮੈਂ ਬਹੁਤ ਸਾਰੇ ਡਾਇਰੈਕਟਰਸ ਨਾਲ ਕੰਮ ਕਰ ਰਿਹਾ, ਸੰਦੀਪ ਕੰਗ ਜੀ ਦੇ ਨਾਲ ਮੇਰੀ ਫਿਲਮ ਇੱਕ ਪਲੈਨਡ ਹੈ, ਔਰ ਪੰਕਜ ਬੱਤਰਾ ਜੀ ਦੇ ਨਾਲ ਇਹ ਨੋਟੀ ਜੱਟਸ ਚੱਲ ਰਹੀ ਹੈ, ਰਿੰਪੀ ਪ੍ਰਿੰਸ ਉਹਨਾਂ ਨਾਲ ਮੈਂ ਕੰਮ ਕਰ ਚੁੱਕਿਆ, ਹੋਰ ਮਤਲਬ ਮੇਰੇ ਵੱਲੋਂ ਤਾਂ ਇਹ ਹੈ ਕਿ ਤੁਸੀਂ ਮੈਨੂੰ ਕੰਮ ਦਿਓ, ਮੈਂ ਤਾਂ ਕਰਨਾ ਹੀ ਕਰਨਾ। ਅੱਛਾ ਰੋਸ਼ਨ ਜੀ, ਜਦ ਅੱਜ
ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਜਾਂਦਾ ਉਹਨਾਂ ਵਾਸਤੇ ਮੈਂ ਉਹੀ ਪ੍ਰਿੰਸ ਹਾਂ। ਉਸੇ ਤਰੀਕੇ ਨਾਲ ਜਿਵੇਂ ਮੈਨੂੰ ਬਚਪਨ 'ਚ ਮਿਲਦੇ ਸੀ ਉਵੇਂ ਹੁਣ ਮਿਲਦੇ ਆ, ਉਹਨਾਂ ਨੂੰ ਇੱਕ ਚਾਅ ਹੁੰਦਾ, ਖੁਸ਼ੀ ਹੁੰਦੀ ਹੈ ਕਿ ਹਾਂ ਵੀ ਸਾਡੇ 'ਚੋਂ ਉੱਠ ਕੇ ਕੋਈ ਮੁੰਡਾ ਮਤਲਬ ਇਹਨੇ ਨਾਮ ਬਣਾਇਆ, ਸਾਰਾ ਕੁਝ ਪ੍ਰਾਊਡ ਫੀਲ ਕਰਦੇ ਆ। ਮੈਨੂੰ ਵੀ ਉਹਨਾਂ ਦੇ ਨਾਲ ਬੈਠ ਕੇ ਸਕੂਨ ਮਿਲਦਾ ਕਿ ਹਾਂ ਇਸ ਲੈਵਲ ਤੋਂ ਮੈਂ ਉੱਠਿਆ ਹੋਇਆ, ਔਰ ਮਤਲਬ ਪਰਮਾਤਮਾ ਇਸੇ ਤਰ੍ਹਾਂ ਜ਼ਮੀਨ ਨਾਲ ਜੋੜਿਆ ਰੱਖੇ ਜੀ। ਅੱਛਾ, ਕੋਈ ਹੋਰ ਤੁਹਾਡੀ ਨਵੀਂ ਮਿਊਜ਼ਿਕ ਐਲਬਮ? ਨਹੀਂ, ਐਲਬਮ ਇਸ ਸਾਲ ਹਜੇ ਫਿਲਹਾਲ ਕੋਈ ਪਲੈਨ ਨਹੀਂ ਹੈ। ਕੁਛ ਇੱਕ ਦੋ ਸਿੰਗਲਸ ਹੋਣਗੇ, ਉਹ ਜ਼ਰੂਰ ਤੁਹਾਡੇ ਮਤਲਬ ਸਾਹਮਣੇ ਆ ਜਾਣਗੇ। ਇੱਕ ਸਪੀਡ ਰੈਕਰਡਸ ਤੋਂ ਆ ਰਿਹਾ 2 ਘੁੱਟ, ਉਹ ਥੋੜ੍ਹੇ ਦਿਨਾਂ 'ਚ ਉਹਦਾ ਵੀਡੀਓ ਵੀ ਮਤਲਬ ਆ ਜਾਏਗਾ, ਔਨ ਸਕਰੀਨ ਹੋ ਜਾਏਗਾ, ਅਤੇ ਬਾਕੀ ਫਿਲਮਸ ਦਾ ਕੰਮ ਚੱਲ ਰਿਹਾ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਅਤੇ ਇਹ ਸੀਗੇ ਸਾਡੇ ਨਾਲ ਰੋਸ਼ਨ ਪ੍ਰਿੰਸ, ਜਿਨ੍ਹਾਂ ਨੇ ਦੱਸਿਆ ਕਿ ਉਹ ਬਹੁਤ ਖੁਸ਼ਨਸੀਬ ਨੇ ਕਿ ਉਹ ਪੰਜਾਬੀ ਸਿਨੇਮੇ ਦੇ ਸੁਨਹਿਰੀ ਦੌਰ ਨਾਲ ਜੁੜੇ ਹੋਏ ਨੇ। ਕੈਮਰਾਮੈਨ ਰਕੇਸ਼ ਠਾਕੁਰ ਦੇ ਨਾਲ ਜੈਦੀਪ ਮਿੱਤਰਾ, ਡੇ ਐਂਡ ਨਾਈਟ ਨਿਊਜ਼, ਚੰਡੀਗੜ੍ਹ।